ਅਸਲਾਮ ਵਾਲੇਕੁਮ, ਵੈਲਕਮ ਬੈਕ ਐਨ ਅਦਰ ਵਲੌਗ। ਅਸਾਂ ਅੱਜ ਦਾ ਜਿਹੜਾ ਸਫ਼ਰ ਹੈ ਨਾ ਉਹ ਸ਼ੁਰੂ ਪੇ ਕਰੇ ਨੇ, ਸਵੇਰੇ ਸਵੇਰੇ ਨਾਲ ਚੜ੍ਹ ਗਏ ਮੋਟਰਸਾਈਕਲ ਦੇ। ਹੁਣ ਮੈਨੇ ਪੈਟਰੋਲ ਪੰਪ 'ਤੇ ਉੱਥੇ ਹੋਏਗੇ ਨਾ ਪੈਟਰੋਲ ਪਵਾਉਣੇ, ਪਹੁੰਚ ਗਏ ਅਸਾਂ ਪੈਟਰੋਲ ਪੰਪ 'ਤੇ। ਪੈਟਰੋਲ ਪੰਪ ਸਰ ਨਜ਼ਦੀਕ ਹੀ, ਇੱਥੋਂ ਹੋਏਗੇ ਨਾ ਪੈਟਰੋਲ ਪਵਾਉਣੇ ਪਹਿਲੇ, ਅਤੇ ਤਕਰੀਬਨ ਅਸਾਂ ਪਵਾਉਣੇ 50 ਰੁਪਏ ਦਾ। ਲੇਕਿਨ ਅੱਜ ਮੇਰਾ ਦਿਲ ਇਹ ਕਿ ਨਾ ਥੋੜ੍ਹਾ ਜਿਹਾ ਚੌਖਾ ਪਵਾ ਗਏ ਨੇ, ਕਿਉਂਕਿ ਮੋਟਰਸਾਈਕਲ ਦਾ ਕੁਝ ਹਾਂ ਜਲ ਥੀ ਵੇਨੇ। ਤਾਂ ਸ਼ੋਹਰ ਨੂੰ ਮੈਂ ਕਿਹਾ ਕਿ ਯਾਰ 490 ਰੁਪਏ ਦਾ ਪਵਾ ਰਹੇ, ਤੁਸੀਂ ਸੋਚਿਆ 100 ਰੁਪਏ ਮੈਂ ਕਿਉਂ ਬੋਲੇ, 100 ਰੁਪਏ ਜਿਹੜੀ ਜਦ ਮੈਂ ਬੋਲੈਨ ਉਹ ਮੈਂ ਤੁਹਾਨੂੰ ਦੱਸਿਆ 490 ਰੁਪਏ ਦਾ ਮੈਂ ਪੈਟਰੋਲ ਕਿਉਂ ਪਵਾਏ। ਉਸ ਤੋਂ ਬਾਅਦ ਅਸਾਂ ਪਹੁੰਚ ਗਏ ਥੋੜ੍ਹੀ ਦੇਰ ਤੋਂ ਬਾਅਦ ਹਵਾ ਵਾਲੀ ਦੁਕਾਨ 'ਤੇ, ਕਿਉਂਕਿ ਟਾਇਰਾਂ ਜਿਹੜੀ ਹਵਾ ਹੈ ਨਾ ਉਹ ਬੋਂ ਘੱਟ ਆਈ, ਅਤੇ 10 ਰੁਪਏ ਜਿਹੜੇ ਹਨ ਇਸ ਹਵਾ ਵਾਲੇ ਕੁਝ ਹੋਣੇ ਹਨ। ਅਗਰ ਨਾ ਦੇਵਾਂ ਤਾਂ ਟਾਇਰਾਂ 'ਚ ਹਵਾ ਪੂਰੀ ਨੰਬਰ, ਟਾਇਰਾਂ 'ਚ ਹਵਾ ਭਰਨ ਤੋਂ ਬਾਅਦ ਅਸਾਂ ਆਪਣਾ ਸਫ਼ਰ ਕਰਕੇ ਅਤੇ ਸ਼ੁਰੂ ਸਵੇਰੇ ਸਵੇਰੇ ਨਾਲ ਦਾ ਟਾਈਮ ਹੈ, ਸਾਰਾ ਜਿਹੜਾ ਅੱਡ ਹੈ ਉਹ ਬਿਲਕੁਲ ਹੀ ਬੰਦ ਪਏ। ਚੰਦ ਇੱਕ ਬੰਦੇ ਆਏ ਹੋਏ ਦਿਨ, ਲੇਕਿਨ ਤਕਰੀਬਨ 99% ਅੱਡਾ ਜਿਹੜਾ ਉਹ ਬੰਦ ਪਏ, ਅਤੇ ਅਸਾਂ ਆਪਣਾ ਸਫ਼ਰ ਸ਼ੁਰੂ ਕਰੇ ਨੇ। ਤਕਰੀਬਨ 25-30 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਅਸਾਂ ਪਹੁੰਚ ਗਏ ਦੁੱਲੇ ਵਾਲੇ MM ਰੋਡ 'ਤੇ। ਲੇਕਿਨ ਇੱਥੇ ਮੇਰੇ ਕੋਲ ਇੱਕ ਗਲਤੀ ਸੀ ਕਿ ਮੇਰੀ ਜਿਹੜੀ ਵੀਡੀਓ ਰਿਕਾਰਡ ਸੀ ਨਹੀਂ ਵਧੀਆ, ਉਹਦੇ ਉੱਤੇ ਸਲੋ ਮੋਸ਼ਨ 'ਤੇ ਹੱਥ ਲੱਗ ਗਏ। ਸਲੋ ਮੋਸ਼ਨ 'ਤੇ ਹੱਥ ਲੱਗਣ ਨਾਲ ਵੀਡੀਓ ਦਾ ਸਾਰਾ ਸੱਤਿਆਨਾਸ਼ ਥੀ ਗਏ, ਔਰ ਇਹ 1 ਮਿੰਟ ਦੀ ਵੀਡੀਓ ਤਕਰੀਬਨ 2-2.5-3 ਮਿੰਟ ਦੀ ਵੀਡੀਓ ਲੱਗੀ ਗਈ। ਉਹਦੇ ਵਿੱਚ ਮੈਨੂੰ ਥੋੜ੍ਹੇ ਕਲਿੱਪ ਕੱਟਣੇ ਪੈ ਗਏ, ਉਸ ਕਲਿੱਪ ਨੂੰ ਕੱਟ ਕੇ ਮੈਂ ਇਸ ਨੂੰ ਬਾਅਦ ਐਡਿਟ ਕਰੇ। ਟਰੱਕ ਦੀ ਸਪੀਡ ਤਕਰੀਬਨ 60-70 ਦੀ ਹੈ, ਲੇਕਿਨ ਤੁਹਾਨੂੰ ਸਲੋ ਮੋਸ਼ਨ ਜਿਵੇਂ ਨਜ਼ਰ ਆਉਂਦੀ ਪਈ ਕਿ ਟਰੱਕ ਬਿਲਕੁਲ ਸੜਾ ਦੇ ਉੱਤੇ ਖੜ੍ਹੇ। ਚਲੋ ਇਹ ਤਾਂ ਵਕਤ ਹੁੰਦਾ ਰਹਿੰਦਾ ਵੀਡੀਓ ਦੇ ਵਿੱਚ, ਅਤੇ ਆਪਣਾ ਸਫ਼ਰ ਸ਼ੁਰੂ ਕਰੇ ਨੇ ਅਤੇ ਮਿਲਦੇ ਨੈਕਸਟ ਸਟੈਪ 'ਤੇ। ਦੁੱਲੇ ਵਿੱਚ ਉਸਨੂੰ ਤਕਰੀਬਨ 15-20 ਕਿਲੋਮੀਟਰ ਸਫ਼ਰ ਕੀਤੇ, ਬੜੀ ਬਿਹਤਰੀਨ ਲੋਕੇਸ਼ਨ ਨਜ਼ਰ ਆਉਂਦੀ ਪਈ। ਕਿਹੜੀ ਚੀਜ਼ ਇਸ ਬਾਰੇ ਸਕੂਲ ਇਨਫੋਰਮੇਸ਼ਨ ਹੈ ਥੋੜ੍ਹੀ ਜਿਹੀ, ਉਹ ਤੁਹਾਨੂੰ ਸ਼ੇਅਰ ਕਰ ਰਹੇ ਨੇ। ਪਹਿਲੇ ਵੀ ਸਾਰੀ ਦੀ ਤਹਿਸੀਲ ਦਰੇਖਾਨ ਹੈ, ਉਹ ਲੱਕੜ ਮੰਡੀ ਦੇ ਲਿਹਾਜ਼ ਨਾਲ ਮਸ਼ਹੂਰ ਹੈ, ਕਿਉਂਕਿ ਪੂਰੇ ਪਾਕਿਸਤਾਨ ਦੀ ਸਭ ਤੋਂ ਵੱਡੀ ਲੱਕੜ ਮੰਡੀ ਜਿਹੜੀ ਉਹ ਦਰੇਖਾਨ ਹੈ ਜੀ। ਲੱਕੜ ਮੰਡੀ ਦੇ ਨਾਲ ਨਾਲ ਇਹ ਜਿਹੜੀ ਫੈਕਟਰੀ ਲੱਗ ਚੁੱਕੀ ਹੈ, ਇਹ ਫੈਕਟਰੀ ਹੈ ਬਾਈ ਜਾਨ ਗੱਤੇ ਵਾਲੀ, ਇਸਦੇ ਵੀ ਲੱਕੜ ਆਉਂਦੀ ਹੈ ਔਰ ਇਸ ਤੋਂ ਨਾ ਗੱਤਾ ਬਣਦਾ ਹੈ। ਅਤੇ ਇਹ ਵੀ ਸਾਰੇ ਕਿਉਂਕਿ ਬੜਾ ਇਜਾਜ਼ ਹੈ, ਕਿਉਂਕਿ ਸਾਰਾ ਬੈਕਵਰਡ ਜ਼ਿਲ੍ਹਾ ਹੈ, ਉਸਦੇ ਵਿੱਚ ਇਹ ਜੀ ਫੈਸਿਲਿਟੀਜ਼ ਹੈ, ਇਹ ਜੀ ਫੈਕਟਰੀ ਲੱਗਣਾ ਤਾਂ ਬਹੁਤ ਵੱਡੀ ਗੱਲ ਹੈ, ਤਾਂ ਬੜੀ ਖੂਬਸੂਰਤ ਲੱਗਦੀ ਹੈ, ਕਿਉਂਕਿ ਜੰਗਲ ਦੇ ਵਿੱਚ ਉਹਨੇ ਫੈਕਟਰੀ ਲਾਈ ਹੋਈ, ਅਤੇ ਜੰਗਲ 'ਚ ਇੰਨਾ ਮੰਗਲ ਬਣਾਇਆ ਹੋਇਆ, ਅਤੇ ਬੜੀ ਖੂਬਸੂਰਤ ਬੜੀ ਬਿਹਤਰੀਨ ਜੀ ਫੈਕਟਰੀ ਹੈ। ਉਸ ਬਾਅਦ ਥੋੜ੍ਹਾ ਜਿਹਾ ਅੱਗੇ ਸਫ਼ਰ ਕਰੋ ਤਾਂ ਇੱਕ ਤੁਹਾਨੂੰ ਖੂਬਸੂਰਤ ਜਿਹਾ ਪੈਂਟ ਨਜ਼ਰ ਆਉਂਦੇ, ਜਿਹਦਾ ਨਾਂ ਹੈ ਅਲ ਇਮਰਾਨ ਫੈਮਿਲੀ ਹੋਟਲ। ਅਲ ਇਮਰਾਨ ਫੈਮਿਲੀ ਹੋਟਲ ਦੇ ਵੀ ਤਕਰੀਬਨ ਜਿਹੜਾ ਮੇਰੇ ਕੋਲ ਪਤਾ, ਔਰ ਮੈਂ ਡਿਟੇਲ ਤਕਰੀਬਨ 7-8 ਮੁਲਕਾਂ ਦੀ ਜਿਹੜਾ ਘੜੀਆਂ ਲੱਗੀਆਂ, ਜਿਹਦੇ ਤੁਹਾਨੂੰ 8-7 ਮੁਲਕਾਂ ਦੇ ਟਾਈਮ ਨਜ਼ਰ ਆ ਸਨ ਮੁਖਤਲਿਫ, ਉਹ ਲੱਗੇ ਹਨ, ਔਰ ਬਿਹਤਰੀਨ ਖਾਣਾ, ਬਿਹਤਰੀਨ ਫੈਮਿਲੀ ਰੈਸਟੋਰੈਂਟ, ਔਰ ਇਹਦੇ ਨਾਲ ਬਿਹਤਰੀਨ ਇਹਦਾ ਰੇਟ ਵੀ ਨਹੀਂ, ਕਿਉਂਕਿ ਮਹਿੰਗਾ ਇਹ ਸਭ ਤੋਂ ਜ਼ਿਆਦਾ ਇਸ ਰੋਡ ਦੇ ਉੱਤੇ। ਨੈਕਸਟ ਸਟੈਪ 'ਤੇ ਅਸੀਂ ਪਹੁੰਚੇ ਹਾਂ ਇਸ ਬਾਈਚਾਨਿਸ ਚੌਂਕ ਦੇ ਤਕਰੀਬਨ 3 ਨਾਂ, ਜਿਹੜੇ ਮੇਰੇ ਕੋਲ ਪਤਾ ਹਨ। ਕੁਝ ਲੋਕ ਇਸ ਨੂੰ ਡੇਲੀ ਕਰਾਸ, ਕੁਝ ਲੋਕ ਇਸ ਨੂੰ ਬੇਲੀ ਕਰਾਸ, ਔਰ ਕੁਝ ਲੋਕ ਇਸ ਨੂੰ ਚਾਂਦਨੀ ਚੌਂਕ ਆਖਾ ਪੈਂਦੇ। ਚਾਂਦਨੀ ਚੌਂਕ ਤਕਰੀਬਨ ਇਸ ਵਜ੍ਹਾ ਤੋਂ ਆਦਮੀ, ਕਿਉਂਕਿ ਦਰਮਿਆਨ ਹੀ ਚੈਨਕ ਲੱਗੀ ਹੋਈ, ਉਹ ਜਿਹੜੇ ਬਾਹਰ ਦੇ ਮਹਿਮਾਨ ਆਉਣੇ, ਸਾਹਮਣੇ ਕੱਪ ਲੱਗੇ ਹੋਣੇ, ਇਹਨਾਂ ਕੱਪਾਂ 'ਚ ਬਹਿ ਕੇ ਚਾਹ ਪੀਂਦੇ। ਲੇਕਿਨ ਅਸਾਂ ਥੋੜ੍ਹੇ ਜਲਦੀ 'ਚ ਅਸਾਂ ਚਾਹ ਨਹੀਂ ਪੀਤੀ, ਔਰ ਅਸਾਂ ਸਿੱਧਾ ਆਪਣਾ ਸਫ਼ਰ ਜਿਹੜਾ ਨਾ ਕਰੇਂਦੇ ਪਏ, ਕਿਉਂਕਿ ਅਸਾਂ ਤਕਰੀਬਨ ਹਾਲੇ ਵੀ 70-80 ਕਿਲੋਮੀਟਰ ਅੱਗੇ ਸਫ਼ਰ ਕਰਨਾ ਹੈ। ਤਕਰੀਬਨ ਅੱਧਾ ਹੀ ਘੰਟਾ ਸਫ਼ਰ ਕਰਨ ਤੋਂ ਬਾਅਦ ਅਸਾਂ ਹੁਣ ਪਹੁੰਚ ਚੁੱਕੇ ਹਾਂ ਹਰਨੌਲੀ ਮੋੜ। ਹਰਨੌਲੀ ਮੋੜ ਹੀ ਇਹ ਬਿਹਤਰੀਨ ਚੌਂਕ ਹੈ, ਕਿਉਂਕਿ ਹਰਨੌਲੀ ਸ਼ਹਿਰ ਜਿਹੜਾ ਉਹ ਸਾਈਡ 'ਤੇ, ਲੇਕਿਨ ਇਹ ਹਰਨੌਲੀ ਮੋੜ ਹੈ, ਇਹਦੇ ਵਿੱਚ ਹੀ ਚੁਰਾਇਆ ਹੈ। ਤਕਰੀਬਨ ਸਾਹਮਣੇ ਮੀਆਂ ਵਾਲੀ ਸੱਜੇ ਸਾਈਡ 'ਤੇ ਹਰਨੌਲੀ ਸ਼ਹਿਰ, ਔਰ ਖੱਬੇ ਸਾਈਡ 'ਤੇ ਤਕਰੀਬਨ ਪਿਪਲਾ ਰਾਹ ਪੈਂਦੇ। ਪਿਪਲਾ ਇੱਥੋਂ 15 ਕਿਲੋਮੀਟਰ ਹੈ, ਤਾਂ ਅਸਾਂ ਬਾਈ ਜਾਨ ਸਿੱਧਾ ਵਹਿਣਾ, ਕਿਉਂਕਿ ਅਸਾਂ ਕੁੰਦੀਆਂ ਤੋਂ ਅੱਗਾਂ ਵਹਿਣਾ, ਮੀਆਂ ਵਾਲੀ ਸ਼ਹਿਰ ਤੋਂ ਪਿੱਛਾ, ਔਰ ਕੁੰਦੀਆਂ ਤੋਂ ਅੱਗਾਂ ਵਹਿਣਾ, ਤਾਂ ਅਸਾਂ ਆਪਣਾ ਸਿੱਧਾ ਸਫ਼ਰ ਜਾਰੀ ਰੱਖੇ ਨੇ, ਅਤੇ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ ਵਾ ਨੈਕਸਟ ਸਟੈਪ 'ਤੇ। ਸਾਹਮਣੇ ਅਦਾਲਤਾਂ, ਕਿਉਂਕਿ ਅਦਾਲਤਾਂ ਜਿਹੜੀਆਂ ਹਨ ਉਹ ਇੱਥੇ ਰੋਡ 'ਤੇ ਸ਼ਿਫਟ ਕਰ ਗਏ। ਤਕਰੀਬਨ 20-25 ਮਿੰਟ ਸਫ਼ਰ ਕਰਨ ਤੋਂ ਬਾਅਦ ਇੱਕ ਹੋਰ ਲੋਕੇਸ਼ਨ 'ਤੇ ਅਸਾਂ ਪਹੁੰਚ ਗਏ, ਬੜੀ ਖੂਬਸੂਰਤ, ਬੜੀ ਬਿਹਤਰੀਨ ਲੋਕੇਸ਼ਨ ਹੈ, ਕਿਉਂਕਿ ਰੋਡ ਤੋਂ ਦੇ ਪਏ ਸੀ ਸਾਰੇ ਕੋਲ ਬਿਹਤਰੀਨ ਰੋਡ ਬਣਾਏ ਮੈਮ। ਲੇਕਿਨ ਇਸ ਪੁੱਲ ਦਾ ਰੋਡ ਜਿਹੜਾ ਨਾ ਉਹਨਾਂ ਨਾ ਹਾਲੇ ਤੇਰੇ ਪਿਆਰ ਨਹੀਂ ਕੀਤਾ, ਪੁੱਲ ਉਹ ਯਾਰ ਪੁਰਾਣੀ ਪਈ, ਇਹ ਜਿਹੜੀ ਪੁੱਲ ਹੈ ਜਾਂ ਦਰਿਆ ਜਾਂ ਨਹਿਰ ਹੈ, ਤਾਂ ਇਹ ਚਸ਼ਮਾ ਬਿਰਾਜ 'ਚ ਨਿਕਲਦੀ ਪਈ ਹੈ, ਅਤੇ ਬੜਾ ਬਿਹਤਰੀਨ ਅਤੇ ਖੂਬਸੂਰਤ ਵਿਊ ਦੇਂਦਾ ਪਿਆ ਮਾਣਾਂ ਦੇ ਦਰਮਿਆਨ ਵਿੱਚ। ਨੈਕਸਟ ਸਟੈਪ ਹੈ ਸਾਰਾ ਕੁੰਦੀਆਂ ਮੋੜ। ਤਕਰੀਬਨ ਅਸਾਂ ਅੱਧਾ ਘੰਟਾ ਸਫ਼ਰ ਕਰਨ ਤੋਂ ਬਾਅਦ ਇਸ ਟਾਈਮ ਅਸਾਂ ਪਹੁੰਚ ਚੁੱਕੇ ਹਾਂ ਕੁੰਦੀਆਂ, ਇੱਥੇ ਬੋਰਡ ਲੱਗੇ ਸਾਹਮਣੇ ਮੀਆਂ ਵਾਲੀ ਕੁੰਦੀਆਂ ਔਰ ਚਸ਼ਮਾ। ਕੁੰਦੀਆਂ ਚਸ਼ਮਾ ਇੱਕ ਰੋਡ 'ਤੇ ਆਉਣ, ਮੀਆਂ ਵਾਲੀ ਸਾਹਮਣੇ MM ਰੋਡ 'ਤੇ ਆਉਂਦੇ, ਤਾਂ ਸਾਹਮਣੇ ਤਾਂ ਕੁੰਦੀਆਂ ਮੋੜ ਦੇ ਉੱਤੇ ਚੌਂਕੀ ਹੈ 1-1-2-2-4 ਵਾਲਾਂ ਦੀ, ਤਾਂ ਇੱਥੇ ਚੈਕਿੰਗ ਵੀ ਥੀਂਦੀ ਹੈ, ਔਰ ਇੱਕ ਰੋਡ ਚਸ਼ਮੇ ਵਹਿੰਦੇ, ਕੁੰਦੀਆਂ ਵਹਿੰਦੇ, ਔਰ ਸਾਹਮਣੇ ਮੀਆਂ ਵਾਲੀ ਵਹਿੰਦੇ।
ਤਾਂ ਅਸਾਂ ਹਾਲੇ ਵੀ ਅੱਗੇ ਸਫ਼ਰ ਕਰਨਾ ਤਾਂ ਅਸਾਂ ਸਿੱਧਾ ਮੀਆਂ ਵਾਲੀ ਮੈਂ ਤਕਰੀਬਨ ਵੱਧ ਸਕੂ ਨਾ ਵੀ 5 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਅਸਾਂ ਇੱਕ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ। ਲੋਕੇਸ਼ਨ ਬਿਹਤਰੀਨ ਲੋਕੇਸ਼ਨ, ਇੱਥੋਂ ਤਕਰੀਬਨ 4 ਤੋਂ 5 ਨਹਿਰਾਂ ਜਿਹੜੀਆਂ ਨਾ ਇਕੱਠੀਆਂ ਨਿਕਲਦੀਆਂ ਨੇ। ਇੱਕ ਉਹ ਨਹਿਰ ਵੀ ਜਿਹੜੇ ਸਾਡੇ ਘਰਾਂ ਦੇ ਨਜ਼ਦੀਕ ਨਿਕਲਦੀ ਜਿਹਨੂੰ ਅਸਾਂ ਪੱਕੀ ਨਹਿਰ ਆਉਂਦੇ, ਉਹਦੀ ਇਨਸ਼ਾਅੱਲਾ ਉਹਦਾ ਨਾ ਤੁਹਾਨੂੰ ਵਿਜ਼ਿਟ ਕਰਵਾ ਰਹੇ ਨੇ। ਸਾਹਮਣੇ ਖੜਾ ਹੈ ਕੇਲਾਂ ਵਾਲਾ, ਤਾਂ ਮੇਰੇ ਨਾਲ ਛੋਟੀ ਬਣੇ ਜੀ ਹੈ ਕਿਉਂਕਿ ਛੋਟੀ ਬਣੇ ਜੀ ਮੇਰੇ ਨਾਲ ਹਰ ਟਾਈਮ ਨਾ ਆਉਂਦੀ, ਜਿਸ ਤਰ੍ਹਾਂ ਮਾਮੂ ਮੰਮੂ ਨੇ ਕੇਲੇ ਕਿਨਾਰੇ, ਉਸਨੂੰ ਕੇਲੇ ਕਿਨਾਰੇ ਨੇ। ਉਸ ਤੋਂ ਬਾਅਦ ਤੁਹਾਨੂੰ ਨਹਿਰਾਂ ਦਾ ਵਿਊ ਕਰਾ ਰਹੇ ਨੇ। ਦੁੱਲੇ ਵਾਲਾ ਬ੍ਰਾਂਚ ਤਕਰੀਬਨ 6 ਤੋਂ 7 ਬ੍ਰਾਂਚ ਹੈ ਜਿਹੜੇ ਨਾ ਇਸ ਮੇਨ ਨਹਿਰ ਵਿੱਚ ਨਿਕਲਦੇ ਨੇ। ਅਤੇ ਮੇਨ ਨਹਿਰ ਜਿਹੜੀ ਹੈ ਇਹ ਸਾਹਮਣੇ ਆਉਂਦੀ ਪਈ ਚਸ਼ਮੇ 'ਚੋਂ, ਚਸ਼ਮੇ ਤੋਂ ਬਾਅਦ ਸਾਰੀਆਂ 3-4 ਨਹਿਰਾਂ ਜਿਹੜੀਆਂ ਨਾ ਉਹ ਹਰ ਬ੍ਰਾਂਚ ਆਪਣੇ ਆਪਣੇ ਨਿਕਲਦੀ ਪਈ ਇੱਥੋਂ। ਅਤੇ ਹੁਣ ਅਸੀਂ ਸਿੱਧੇ ਪੈਣੇ ਹੈ ਮਿਆਣੇ ਖੂਹ 'ਤੇ, ਤੁਹਾਨੂੰ ਉੱਥੇ ਐਸਾ ਕਿਉਂਕਿ ਅਸਾਂ ਪੈਣਾ ਮਿਆਣੇ ਖੂਹ 'ਤੇ, ਅਤੇ ਤਕਰੀਬਨ ਇੱਥੋਂ 2-3 ਕਿਲੋਮੀਟਰ ਮਿਆਣਾ ਖੂਹ ਤਾਂ ਅਸੀਂ ਪਹੁੰਚਦੇ ਮਿਆਣੇ ਖੂਹ 'ਤੇ। ਤਕਰੀਬਨ ਸਾਨੂੰ ਘਰੋਂ ਨਿਕਲੋ 3 ਘੰਟੇ ਲੱਗ ਗਏ, ਅਤੇ ਉਹ 3 ਘੰਟਿਆਂ ਬਾਅਦ ਅਸੀਂ ਇਸ ਟੈਪ ਪਹੁੰਚ ਚੁੱਕੇ ਹਾਂ ਮਿਆਣੇ ਖੂਹ 'ਤੇ। ਸਾਹਮਣੇ ਬੋਰਡ ਤੋਂ ਨਜ਼ਰ ਆਉਂਦਾ ਪਿਆ ਸੀ ਚਾਹ ਮਿਆਣਾ, ਅਤੇ ਇੱਥੇ ਪੀਰਾਂ ਨੂੰ ਅਸੀਂ ਮਿਲਣਾ ਆਏ, ਤਾਂ ਇਨਸ਼ਾਅੱਲਾ ਉਹਨਾਂ ਕੋਲ ਮਿਲ ਛਿਲ ਕੇ, ਅਤੇ ਇਨਸ਼ਾਅੱਲਾ ਉਸ ਤੋਂ ਬਾਅਦ ਤੁਹਾਨੂੰ ਨਾਲ ਥੋੜ੍ਹੀ ਦੇਰ 'ਤੇ ਮਿਲਦੇ ਹਾਂ। ਤਕਰੀਬਨ 1 ਘੰਟਾ 1 ਸਾਕੂ ਲੱਗ ਗਏ ਪੀਰਾਂ ਕੋਲ ਮਿਲਣ ਛਿਲਣ 'ਤੇ, ਅਤੇ ਪੀਰ ਇੰਤਹਾ ਦੇ ਅੱਛੇ ਖਲਾਕ, ਅੱਛਾ ਖਲੂਸ, ਔਰ ਬਹੁਤ ਹੀ ਅੱਛੀ, ਜਿੱਥੇ ਤਾਰੀਫ ਕੀਤੀ ਵਜੇ ਬਹੁਤ ਕੰਮ ਹੈ। ਤਾਂ ਹੁਣ ਸਾਡਾ ਸਫ਼ਰ ਜਿਹੜਾ ਵਾਪਸੀ ਦਾ, ਅਤੇ ਅਸਾਂ ਹੁਣ ਇਨਸ਼ਾਅੱਲਾ ਵਾਪਸ ਘਰ ਵੇਨੇ ਸਾਹਮਣੇ ਟੋਲ ਪਲਾਜ਼ਾ ਟੋਲ। ਅਸਾਂ ਕਿਉਂਕਿ ਪਹਿਲੇ ਸ਼ਾਰਟਕੱਟ ਗਏ ਸੀ ਟੋਲ ਪਲਾਜ਼ਾ ਵਾਲਾ ਸੈਕਿੰਡ ਰਸਤਾ, ਅਸਾਂ ਸੈਕਿੰਡ ਪਾਸੋਂ ਆਏ, ਤਾਂ ਟੋਲ ਪਲਾਜ਼ਾ ਕ੍ਰਾਸ ਕਰਕੇ ਹੁਣ ਅਸਾਂ ਬਾਅਦ ਪਿੱਛਾ ਤਕਰੀਬਨ 100 ਕਿਲੋਮੀਟਰ ਅਸਾਂ ਸਫ਼ਰ ਕਰਨਾ ਘਰ ਤਾਈਂ।